ਇੰਜ ਕਰਕੇ ਨਾ 5 ਨੰਬਰ ਦਰਵਾਜ਼ੇ ਦੇ ਮੈਂ ਸਾਹਮਣੇ ਖਲੋਤਾ ਸੀ, ਕੁਛ ਸਿਆਲਕੋਟ ਦੇ, ਕੁਛ ਲਾਹੌਰ ਦੇ, ਕੁਛ ਮੁਲਤਾਨ ਦੇ, ਕੁਛ ਡੇਰਾ ਗਾਜ਼ੀ ਖਾਨ ਦੇ, ਸਾਰੇ ਇਕੱਠੇ ਕੋ ਵੇਖਣ ਮੌਲੀ ਮਨਜ਼ੂਰ ਉਹ ਆ ਗਏ। ਕਹਿੰਦੇ ਨਾ ਸੁਣਾਓ, ਮੈਂ ਕਿਹਾ ਨਹੀਂ। ਕਹਿੰਦੇ ਕਿਉਂ? ਮੈਂ ਕਿਹਾ ਸ਼ੁਰੂ ਤੇ ਫੜ ਲੈਣਗੇ। ਉਹ ਕਹਿੰਦੇ ਕੁਛ ਨਹੀਂ ਹੁੰਦਾ, ਪੜ੍ਹੋ ਤੁਸੀਂ। ਮੈਂ ਕਿਹਾ ਤੁਹਾਡੀ ਮਿਸਾਲ ਉਹ ਹੋਣੀ ਹੈ ਕਿ ਜਿਵੇਂ ਸੈਯਦ ਅਬਦੁਲ ਗਨੀ ਸ਼ਾਹ ਸਾਹਿਬ ਫਰਮਾਇਆ ਕਰਦੇ ਸਨ, ਮੈਨੂੰ ਲੋਕ ਕਹਿੰਦੇ ਵੀ ਆ ਸ਼ਾਹ ਜੀ ਆ, ਮੈਂ ਆ ਜਾਂਦਾ। ਜਦੋਂ ਤਕਰੀਰ ਕਰਦਾ ਆਉਂਦੇ ਨੇ ਵਾਹ ਸ਼ਾਹ ਜੀ ਵਾਹ, ਅਤੇ ਜਦੋਂ ਮੈਨੂੰ ਪੁਲਿਸ ਫੜ ਕੇ ਲੈ ਜਾਂਦੀ ਆਉਂਦੇ ਨੇ ਜਾ ਸ਼ਾਹ ਜੀ ਜਾ। ਮੈਂ ਕਿਹਾ ਪਕੜ, ਲੇਕਿਨ ਅੱਲਾਹ ਦਾ ਇਤਨਾ ਆਸਾਨ ਹੈ, ਇੱਕ ਇੱਕ ਜੁਮਲੇ ਤੇ ਗੌਰ ਕਰਨਾ। ਸ਼ੁਰੂ ਤੇ ਆਉਂਦੇ ਰਹੇ ਉੱਥੇ, ਜ਼ਿਆਦਾ ਜਿਹੜੇ ਸਰੈਕੀ ਨੇ ਨਾ ਸ਼ੇਖ ਸਾਹਿਬ, ਸਰੈਕੀ ਜਿਹੜੇ ਨੇ ਨਾ ਉੱਥੇ, ਇਹਨਾਂ ਦੇ ਏਜੰਟ ਬਣੇ ਹੋਏ ਨੇ, ਉਹ ਆਪਣੇ 'ਚ ਬਣ ਕੇ ਨਾਲ ਖਲੋ ਜਾਂਦੇ ਨੇ ਅਤੇ ਵੀਡੀਓ ਬਣਾਉਂਦੇ ਨੇ ਅਤੇ ਉਹਨਾਂ ਨੂੰ ਫਿਰ ਉਹਦੇ ਪੈਸੇ ਲੱਭਦੇ ਨੇ। ਇਹ ਮੈਨੂੰ ਸਰੈਕੀ ਨੇ ਖੁਦ ਦੱਸਿਆ, ਜਿਹੜਾ ਖਜੂਰਾਂ ਦੀ ਦੁਕਾਨਾਂ ਤੇ ਬੈਠੇ ਹੁੰਦੇ ਨਾ ਸਰੈਕੀ, ਆਪਣੀ ਜ਼ਬਾਨ ਸਾਡੀ ਬੋਲਣ, ਉਹ ਵੀ ਵਿੱਚ ਨਾ ਇੰਟੈਲੀਜੈਂਸ ਵਾਲੇ ਨੇ ਉਹਨਾਂ ਨੂੰ ਉਹਨਾਂ ਨਾਲ ਭਰਤੀ ਕੀਤਾ ਹੈ ਕਿ ਤੁਸੀਂ ਜਿਹੜਾ ਵੀ ਕੋਈ ਇੱਥੇ ਪੜ੍ਹੇ, ਜਿਹੜਾ ਵੀ ਕੋਈ ਕਰੇ, ਉਹਦੀ ਉਸ ਵਕਤ ਸਾਨੂੰ ਰਿਪੋਰਟ ਦਿਓ। ਮੈਂ ਨਾਤ ਪੜ੍ਹਨੀ ਸ਼ੁਰੂ ਕਰ ਦਿੱਤੀ। ਮੈਂ ਕਿਹਾ ਮਾਲਕਾ ਤੇਰੇ ਨਬੀ ਦੇ ਸ਼ਹਿਰੇ ਚ ਆਇਆ, ਹਿਫਾਜ਼ਤਾਂ ਤੂੰ ਕਰਨੀਆਂ ਨੇ, ਕੋਈ ਐਸਾ ਸ਼ਿਰਕ ਵਾਲਾ ਜੁਮਲਾ ਨਹੀਂ ਪੜਾਂਗਾ। ਨਾਤ ਕਿਹੜੀ ਸ਼ੁਰੂ ਕੀਤੀ? ਮੈਂ ਕਿਹਾ ਕਿਉਂ ਲੜਦੇ ਹੋ ਸੋਹਣੇ ਨਬੀ ਦੀ ਸ਼ਾਨ ਤੋਂ? ਹਜ਼ੂਰ ਦਾ ਜਵਾਬ ਨਹੀਂ ਜਵਾਬ ਰਹਿਣ ਦੇ, ਲਾ ਜਵਾਬ ਨੂੰ ਤੋ ਲਾ ਜਵਾਬ ਰਹਿਣ ਦੇ। 5 ਨੰਬਰ ਦਰਵਾਜ਼ੇ ਦੇ ਸਾਹਮਣੇ, ਰੋਜ਼ੇ ਮੁਬਾਰਕ ਦੇ ਸਾਹਮਣੇ ਇੰਜ ਖਲੋ ਕੇ ਪੜ ਰਿਹਾ। ਸ਼ੁਰ ਤੇ ਆਉਂਦੇ ਰਹੇ, ਸਰੈਕੀ ਆਉਂਦੇ ਰਹੇ, ਵੀਡੀਓ ਬਣਾਉਂਦੇ ਰਹੇ, ਤਰਜਮਾ ਕਰਾਉਂਦੇ ਰਹੇ, ਆਖਰ ਤੇ ਇੱਕ ਸ਼ੁਰਤਾ ਕਹਿਣ ਲੱਗਾ, ਹਾਜ਼ਾ ਮਜਨੂਨ, ਹਾਜ਼ਾ ਮਜਨੂਨ। ਮੈਂ ਕਿਹਾ ਕੋਈ ਗੱਲ ਨਹੀਂ, ਮਾਲਕਾ ਬਚਾ ਲਿਆਈ। ਉੱਥੇ ਨਾਦ ਪੜੀ, ਹਜ਼ੂਰ ਦਾ ਜਵਾਬ ਨਹੀਂ ਜਵਾਬ ਰਹਿਣ ਦੇ, ਅਹਿਲੇ ਹਦੀਸ ਹੋ। ਲੋਕ ਕਹਿੰਦੇ ਨੇ ਅਹਿਲੇ ਹਦੀਸ ਨਾਤ ਨਹੀਂ ਪੜ੍ਹਦੇ, ਆਈਏ ਸਾਡੇ ਸਾਹਮਣੇ ਤੇ ਆਓ, ਸਾਡੇ ਸਾਹਮਣੇ ਬਹਿ ਕੇ ਤੇ ਜ਼ਰਾ ਗੱਲ ਕਰੋ। ਹਜ਼ੂਰ ਦਾ ਜਵਾਬ ਨਹੀਂ ਜਵਾਬ ਰਹਿਣ ਦੇ, ਲਾ ਜਵਾਬ ਨੂੰ ਤੋ ਲਾ ਜਵਾਬ ਰਹਿਣ ਦੇ। ਜਿਹੜੇ ਦਿਨ ਦਾ ਪੜ੍ਹਿਆ ਰੱਬ ਦੇ ਕੁਰਾਨ ਨੂੰ, ਸੀਨ ਲਾਇਆ ਸੋਹਣ ਨਬੀ ਦੇ ਫਰਮਾਨ ਨੂੰ। ਤਵੱਜੋ ਮੇਰੇ ਆਲ, ਜਿਹੜੇ ਦਿਨ ਦਾ ਪੜ੍ਹਿਆ ਸ਼ੇਖ ਸਾਹਿਬ, ਜਿਹੜੇ ਦਿਨ ਦਾ ਪੜ੍ਹਿਆ ਰੱਬ ਦੇ ਕੁਰਾਨ ਨੂੰ, ਸੀਨ ਲਾਇਆ ਸੋਹਣ ਨਬੀ ਦੇ ਫਰਮਾਨ ਨੂੰ। ਛੋੜ ਪਰਾਂ ਤੋ ਪਰਾਂ, ਛੋੜ ਪਰਾਂ ਹੋਰ ਕੋਈ ਕਿਤਾਬ ਰਹਿਣ ਦੇ, ਛੋੜ ਪਰਾਂ ਹੋਰ ਕੋਈ ਕਿਤਾਬ ਰਹਿਣ ਦੇ, ਲਾ ਜਵਾਬ ਨੂੰ ਤੋ ਲਾ ਜਵਾਬ ਰਹਿਣ ਦੇ। ਹਸਨੋ ਹੁਸੈਨ ਮੇਰੀ ਅੱਖੀਆਂ ਦੇ ਤਾਰੇ ਨੇ, ਹੈਦਰੇ ਕਰਾਰ ਮੈਨੂੰ ਜਾਨ ਤੋਂ ਵੀ ਪਿਆਰੇ ਨੇ, ਹੈਦਰੇ ਕਰਾਰ ਮੈਨੂੰ ਜਾਨ ਤੋਂ ਵੀ ਪਿਆਰੇ ਨੇ। ਇਹ ਜੰਨਤੀ ਨਵਾਬ ਨੇ, ਇਹ ਜੰਨਤੀ ਨਵਾਬ ਨੇ, ਇਹ ਜੰਨਤੀ ਨਵਾਬ ਨੇ, ਨਵਾਬ ਰਹਿਣ ਦੇ। ਨਹੀਂ ਬੋਲ ਰਹੇ, ਨਹੀਂ ਬੋਲ ਰਹੇ। ਆਖਰੀ ਜਨਾਬ 10 ਮਿੰਟਾਂ ਦੇ ਅੰਦਰ ਕਿਉਂ ਨਾ ਐਲਾਨ ਕਰ ਦੇਵਾਂ, ਇਹ ਜੰਨਤੀ ਨਵਾਬ ਨੇ, ਨਵਾਬ ਰਹਿਣ ਦੇ।
ਲਾ ਜਵਾਬ ਨੂੰ ਤੂੰ ਲਾ ਜਵਾਬ ਰਹਿਣ ਦੇ ਮੈਂ ਸ਼ਰਦ ਦਿਨ ਜਦੋਂ ਧੁੱਪ ਨੇ ਸਤਾਉਣਾ ਏ ਆਮੀਨਾ ਹਾਲੇ ਉਦੋਂ ਕੰਮ ਸਾਡੇ ਆਉਣਾ ਏ ਆਮੀਨਾ ਦੇ ਲਾਲੇ ਉਦੋਂ ਕੰਮ ਸਾਡੇ ਆਉਣਾ ਏ ਮੇਰੇ ਇਹ ਗੁਲਾਮ ਅੱਲਾ ਮੇਰੇ ਇਹ ਗੁਲਾਮ ਨੇ ਹਿਸਾਬ ਰਹਿਣ ਦੇ ਲਾ ਜਵਾਬ ਨੂੰ ਤੂੰ ਲਾ ਜਵਾਬ ਰਹਿਣ ਦੇ ਮੇਰੇ ਸੋਚ ਮੇਰਾ ਤਖੈਲ ਕਿਉਂ ਨਾ ਕਹਿ ਦੇਵਾਂ ਮਦਨੀ ਦੀ ਬਾਤ ਸੁਣ ਅੱਲਾ ਫਰਮਾਣਗੇ ਤੇਰੇ ਇਹ ਗੁਲਾਮ ਸਾਰੇ ਜਨਤਾ ਨੂੰ ਜਾਣਗੇ ਪਰ ਸ਼ਰਤ ਸ਼ਿਰਕ ਦੇ ਕੋਲੋਂ ਬਿਦਤ ਦੇ ਕੋਲੋਂ ਪਾਕ ਹੈਣ ਜੇ ਹਜ਼ੂਰ ਦਾ ਜਵਾਬ ਨਹੀਂ ਜਵਾਬ ਰਹਿਣ ਦੇ ਖਜ਼ੀਨਿਆਂ ਦੀ ਬਾਤ ਨਾ ਨਗੀਨੇ ਦੀ ਬਾਤ ਕਰ ਕਮਲਿਆ ਹਜ਼ੂਰ ਦੇ ਪਸੀਨੇ ਦੀ ਬਾਤ ਕਰ ਕਮਲਿਆ ਹਜ਼ੂਰ ਦੇ ਪਸੀਨੇ ਦੀ ਬਾਤ ਕਰ ਛੋੜ ਪਰਾਂ ਜ਼ਿਕਰੇ ਗੁਲਾਬ ਰਹਿਣ ਦੇ ਲਾ ਜਵਾਬ ਨੂੰ ਤੂੰ ਲਾ